ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪਾਈ ਵੀਰ ਸਿੰਘ ਜੀ ਨੇ ਇੱਕ ਥਾਂ ਸਤਸੰਗ ਬਾਰੇ ਜ਼ਿਕਰ ਕੀਤਾ ਹੈ ਕਿ ਸਤਸੰਗਤ ਕਿੰਨੇ ਪ੍ਰਕਾਰ ਦੀ ਹੈ ਸਤਸੰਗ ਦੇ ਪ੍ਰਤੀ ਲਿਖਦੇ ਆ ਆਪਨੇ ਉਸ ਸਮੇਂ ਦੀ ਘਟਨਾ ਦਾ ਜ਼ਿਕਰ ਕੀਤਾ ਹੈ ਜਦੋਂ ਹਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਹੀਂ ਸੀ ਪ੍ਰਾਪਤ ਹੋਈ ਪਰ ਬਾਣੀ ਦਾ ਸਤਕਾਰ ਪੂਰਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪ ਦੇ ਸਰੂਪ ਵਿੱਚ ਸੰਸਾਰ ਵਿੱਚ ਵਿਚਰਦੇ ਸਨ ਸੋ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਆਪ ਕੁਝ ਦਿਨ ਇੱਥੇ ਹੋ ਸਤਗੁਰਾਂ ਦੇ ਆਇਆ ਕੁਝ ਦਿਨ ਰਹਿ ਕੇ ਆਪ ਦੇਸ਼ ਜਾਓਗੇ ਪਰ ਉੱਥੇ ਤੁਸੀਂ ਆਪਣੇ ਗੁਰੂ ਤੋਂ ਦੇਹ ਕਰਕੇ ਦੂਰ ਹੋਵੋਗੇ ਇਸ ਲਈ ਸਤਸੰਗ ਵਿੱਚ ਆਪਣਾ ਨਿਵਾਸ ਰੱਖਣਾ ਸਤਸੰਗ ਵਿੱਚ ਗੁਰੂ ਵਸਦਾ ਹੈ ਹਾਂਜੀ ਇਸ ਲਈ ਸਤਸੰਗ ਵਿੱਚ ਆਪਣਾ ਨਿਵਾਸ ਰੱਖਣਾ ਸਤਸੰਗ ਵਿੱਚ ਗੁਰੂ ਵਸਦਾ ਹੈ ਇਹ ਸਤਸੰਗ ਵੀ ਕਈ ਪ੍ਰਕਾਰ ਦਾ ਹੈ ਇੱਕ ਤਾਂ ਮੁੱਖ ਸਤਸੰਗ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਕਮਲਾਂ ਦਾ ਹੈ ਸਤਸੰਗ ਇੱਥੇ ਇੱਕ ਬਚਨ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸੰਗ ਜੇ ਉਹਨਾਂ ਤੋਂ ਵਸੇਬਾ ਵਿਥ ਹੁੰਤੇ ਹੈ ਤਾਂ ਦੂਜਾ ਸਤਸੰਗ ਸ੍ਰੀ ਗੁਰੂ ਕੀ ਬਾਣੀ ਦੇ ਬੋਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇਸ ਤੋਂ ਤਿੰਨੇ ਕਾ ਲਾਬੀ ਲਾਬ ਹੈ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਇ ਅਰ ਇਹ ਵੀ ਗੁਰੂ ਦਾ ਸਤਸੰਗ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੁਨਾ ਪੋਥੀ ਪਰਮੇਸ਼ਰ ਕਾ ਥਾਂ ਫਿਰ ਦੁਰਾਦਿਈ ਇਕ ਤਾਂ ਮੁਖ ਸਤਸੰਗ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਚਰਨ ਕਮਲਾਂ ਦਾ ਹੈ ਸਤਸੰਗ ਇੱਥੇ ਇੱਕ ਬਚਨ ਹੈ ਸ੍ਰੀ ਗੁਰੂ ਹਰਗੋਬਿੰਦ ਜੀ ਦਾ ਸੰਗ ਜੇ ਉਹਨਾਂ ਤੋਂ ਵਸੇਬਾ ਵਿਥ ਉਤੇ ਹੈ ਤਾਂ ਦੂਜਾ ਸਤਸੰਗ ਸ੍ਰੀ ਗੁਰੂ ਕੀ ਬਾਣੀ ਦੇ ਬੋਹਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ ਇਸ ਤੋਂ ਤਿੰਨੇ ਕਾਲ ਲਾਭੀ ਲਾਭ ਹੈ ਇਹ ਬਾਣੀ ਮਹਾਪੁਰਖ ਕੀ ਨਿਜ ਘਰ ਵਾਸਾ ਹੋਏ ਔਰ ਇਹ ਵੀ ਗੁਰੂ ਦਾ ਸਤਸੰਗ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਪੁਨਾ ਪੋਥੀ ਪਰਮੇਸ਼ਰ ਦਾ ਥਾਨ ਤੀਸਰਾ ਕੋਈ ਐਸਾ ਗੁਰਮੁਖ ਨਾਮ ਦੇ ਰੰਗ ਰਤਾ ਹੋਵੇ ਜਿਸ ਨੂੰ ਗੁਰੂ ਪਿਆਰ ਕਰਦਾ ਹੋਵੇ ਔਰ ਜਿਸ ਨੇ ਤੁਹਾਨੂੰ ਸਮੱਤੇ ਲਾਇਆ ਹੋਵੇ ਯਾ ਰੂਹਾਨੀ ਸਹਾਇਤਾ ਦੇਣੀ ਚਾਹੇ ਉਸ ਦਾ ਸੰਗ ਸਤਸੰਗ ਹੈ ਫਿਰ ਦੋ ਰਾ ਦੇਈ ਤੀਸਰਾ ਕੋਈ ਐਸਾ ਗੁਰਮੁਖ ਨਾਮ ਦੇ ਰੰਗ ਵਿੱਚ ਰਤਾ ਹੋਵੇ ਜਿਸ ਨੂੰ ਗੁਰੂ ਪਿਆਰ ਕਰਦਾ ਹੋਵੇ ਔਰ ਜਿਸ ਨੇ ਤੁਹਾਨੂੰ ਸਮੱਤੇ ਲਾਇਆ ਹੋਵੇ ਜਾਂ ਰੋਹਾਨੀ ਸਹਾਇਤਾ ਦੇਣੀ ਚਾਹੇ ਉਸ ਦਾ ਸੰਗ ਸਤਸੰਗ ਹੈ ਗੁਰੂ ਕੇ ਸਾਜੇ ਨਿਵਾਜੇ ਗੁਰਮੁਖ ਗੁਰਸਿੱਖ ਨੂੰ ਸਹਾਇਤਾ ਦਿੰਦੇ ਹਨ ਤੇ ਗੁਰਸਿੱਖ ਉਹਨਾਂ ਤੋਂ ਸਹਾਇਤਾ ਲੈਂਦੇ ਹਨ ਸੰਤ ਹਰ ਜਨ ਬਖਸ਼ਿਸ਼ਾਂ ਵਾਲੇ ਗੁਰਮੁਖ ਉਹਨਾਂ ਨੂੰ ਕਹੀਦਾ ਹੈ ਜੋ ਆਪ ਜਪਦੇ ਤੇ ਹੋਰਨਾਂ ਨੂੰ ਜਪਾਉਂਦੇ ਹਨ ਚੌਥੇ ਗੁਰੂ ਕੇ ਪਿਆਰੇ ਸਿੱਖਾਂ ਦਾ ਸਤਸੰਗ ਹੈ ਜੋ ਸੱਚੇ ਹਿੰਮਤੀ ਹੋਣ ਕੁਸੰਗਾ ਤੋਂ ਛੁੱਟੇ ਹੋਏ ਸਤਸੰਗੀ ਯਾਨੀ ਸੱਚ ਦੇ ਸੰਗੀ ਹੋਣ ਬਾਣੀ ਦੇ ਪ੍ਰੇਮੀ ਹੋਣ ਨਾਮ ਦੇ ਸ਼ੌਕ ਵਾਲੇ ਹੋਣ ਇਹ ਜਦ ਇਕੱਠੇ ਹੁੰਦੇ ਹਨ ਵਾਹਿਗੁਰੂ ਜੀ ਦੀ ਮਹਿਮਾ ਗੁਰੂ ਦੀ ਦਇਆ ਦਾ ਵਾਰਤਲਾਪ ਕਰਦੇ ਹਨ ਮੁਰਾਦ ਹੈ ਕਿ ਆਪਣੇ ਜੈ ਅਭਿਆਸੀ ਭਲੇ ਪੁਰਖੀਆ ਪੁਰਖਾਂ ਦਾ ਸਤਸੰਗ ਇਹ ਵੀ ਸਾਤ ਸੰਗਤ ਜਾਂ ਸਤਸੰਗਤ ਹੈ ਇਹ ਇੱਕ ਵਚਨ ਵੀ ਹੈ ਤੇ ਬਹੁਵਚਨੀ ਵੀ ਹੈ ਫਿਰ ਦੁਰਾਦਈ ਚੌਥੇ ਗੁਰੂ ਕੇ ਪਿਆਰੇ ਸਿੱਖਾਂ ਦਾ ਸਤਸੰਗ ਜੋ ਸੱਚੇ ਹਿੰਮਤੀ ਹੋਣ ਕੁਸੰਗਾ ਤੋਂ ਛੁੱਟੇ ਹੋਏ ਸਤਸੰਗੀ ਸੱਚ ਦੇ ਸੰਗੀ ਹੋਣ ਬਾਣੀ ਦੇ ਪ੍ਰੇਮੀ ਹੋਣ ਨਾਮ ਦੇ ਸ਼ੌਕ ਵਾਲੇ ਹੋਣ ਇਹ ਜਦ ਇਕੱਠੇ ਹੁੰਦੇ ਹਨ ਵਾਹਿਗੁਰੂ ਜੀ ਦੀ ਮਹਿਮਾ ਗੁਰੂ ਦੀ ਦਇਆ ਦਾ ਵਾਰਤ ਲਾਭ ਕਰਦੇ ਹਨ ਮੁਰਾਦ ਹੈ ਕਿ ਆਪਣੇ ਜੇ ਅਭਿਆਸੀ ਭਲੇ ਪੁਰਖ ਜਾਂ ਪੁਰਖਾਂ ਦਾ ਸਤ ਸੰਗ ਇਹ ਵੀ ਸਾਤ ਸੰਗਤ ਜਾਂ ਸਤ ਸੰਗਤ ਹੈ ਇਹ ਇੱਕ ਵਚਨ ਵੀ ਹੈ ਤੇ ਬਹੁਵਚਨੀ ਵੀ ਹੈ ਪੰਜਵਾਂ ਸਤ ਸੰਗ ਇਹ ਹੈ ਕਿ ਕੋਈ ਸੱਚ ਦੇ ਟੁੰਡਾਉ ਮਨ ਦੇ ਵਿਕਾਰਾਂ ਦੇ ਹੱਥੋਂ ਦੁਖੀ ਤੁਹਾਡੇ ਪਾਸੋਂ ਗੁਰੂ ਪਰਮੇਸ਼ਰ ਦੇ ਪਿਆਰ ਦੇ ਯਾਚਕ ਹੁੰਦੇ ਹਨ ਸ਼ਰਤ ਇਹ ਹੈ ਕਿ ਤੁਸੀਂ ਓਨਮਨ ਹੋ ਗਏ ਹੋ ਉਹਨਾਂ ਨਾਲ ਪਰਮਾਰਥ ਲਾਭ ਦੇ ਬਚਨ ਕਰਨੇ ਵੀ ਸਤਸੰਗ ਹਨ ਫਿਰ ਦੋ ਰਾਦੇਈ ਪੰਜਵਾਂ ਸਤਸੰਗ ਇਹ ਹੈ ਕਿ ਕੋਈ ਸੱਚ ਦੇ ਟੁੰਡਾਉ ਮਨ ਦੇ ਵਿਕਾਰਾਂ ਦੇ ਹੱਥੋਂ ਦੁਖੀ ਤੁਹਾਡੇ ਪਾਸੋਂ ਗੁਰੂ ਪਰਮੇਸ਼ਰ ਦੇ ਪਿਆਰ ਦੇ ਯਾਚਕ ਹੁੰਦੇ ਹਨ ਸ਼ਰਤ ਇਹ ਹੈ ਕਿ ਤੁਸੀਂ ਉਣਮਨ ਹੋ ਗਏ ਹੋ ਉਹਨਾਂ ਨਾਲ ਪਰਮਾਰਥ ਲਾਭ ਦੇ ਬਚਨ ਕਰਨੇ ਵੀ ਸਤਸੰਗ ਹਨ ਕਿਉਂਕਿ ਐਦਾਂ ਉਹਨਾਂ ਨੂੰ ਲਾਭ ਹੁੰਦਾ ਹੈ ਤੇ ਪਰਮੇਸ਼ਰ ਦਾ ਪਿਆਰ ਉਹਨਾਂ ਵਿੱਚ ਵੱਧਦਾ ਹੈ ਪਰੰਤੂ ਇਹ ਤਦ ਤੱਕ ਸਤਸੰਗ ਹੈ ਜਦ ਤੱਕ ਤੁਸੀਂ ਮਿਹਰ ਵਿੱਚ ਹੋ ਤੇ ਜਦ ਤੱਕ ਤੁਹਾਡੇ ਅੰਦਰ ਮਾਨ ਤੇ ਅਹੰਕਾਰ ਨਹੀਂ ਪਹਿੰਦਾ ਤੁਸੀਂ ਗੁਰੂ ਕੀ ਸੇਵਾ ਜਾਣ ਕੇ ਗੁਰੂ ਦੇ ਪ੍ਰੇਮ ਵਿੱਚ ਉਹਨਾਂ ਨੂੰ ਗੁਰੂ ਦੇ ਭੇਜੇ ਹੋਏ ਪ੍ਰਾਣੇ ਜਾਣ ਕੇ ਗੁਰੂ ਕੇ ਹੁਕਮ ਵਿੱਚ ਆਤਮ ਪੋਜਨ ਨਾਲ ਉਹਨਾਂ ਦੀ ਪਾਲਣਾ ਕਰਦੇ ਹੋ ਫਿਰ ਦੋਰਾ ਦਈ ਪਰੰਤੂ ਇਹ ਤਦ ਤੱਕ ਸਤਸੰਗ ਹੈ ਜਦ ਤੱਕ ਤੁਸੀਂ ਮਿਹਰ ਵਿੱਚ ਹੋ ਤੇ ਜਦ ਤੱਕ ਤੁਹਾਡੇ ਅੰਦਰ ਮਾਨ ਤੇ ਹੰਕਾਰ ਨਹੀਂ ਪੈਂਦਾ ਤੁਸੀਂ ਗੁਰੂ ਦੀ ਸੇਵਾ ਜਾਣ ਕੇ ਗੁਰੂ ਦੇ ਪ੍ਰੇਮ ਵਿੱਚ ਉਹਨਾਂ ਨੂੰ ਗੁਰੂ ਦੇ ਭੇਜੇ ਹੋਏ ਪ੍ਰਾਉਣੇ ਜਾਣ ਕੇ ਗੁਰੂ ਕੇ ਹੁਕਮ ਵਿੱਚ ਆਤਮ ਭੋਜਨ ਨਾਲ ਉਹਨਾਂ ਦੀ ਪਾਲਣਾ ਕਰਦੇ ਹੋ ਫਿਰ ਜਦ ਤਾਈਂ ਤੁਸੀਂ ਇਸ ਤੁਕਤੇ ਅਮਲ ਕਰਦੇ ਹੋ ਜੇ ਕੋ ਆਪਣੀ ਓਟ ਸਮਾਰੈ ਜੈਸਾ ਬਿੱਤੈ ਸੋ ਹੋਇ ਵਰਤੇ ਆਪਣਾ ਬਲ ਨਹੀਂ ਹਾਰੇ ਭਾਉ ਵਿਤ ਅਨਸਾਰ ਵਰਤੋ ਪਰ ਜਦੋਂ ਨਿਜ ਨੂੰ ਹੰਕਾਰ ਨਾਲ ਅਫਾਰਾ ਚਾੜ ਲਓ ਤੇ ਉਹਨਾਂ ਨਾਲ ਨਫ਼ਰਤ ਵਰਤੋ अथवा ਉਹਨਾਂ ਨਾਲ ਨਿਰੀ ਤਾਮਪ੍ਰੀਤ ਪਾਲ ਆਓ ਤੇ ਫੋਕਾ ਭਾਈਚਾਰਾ ਬਣਾ ਲਓ ਤਦੋਂ ਤੁਸੀਂ ਆਤਮ ਹਾਨੀ ਉਠਾਓਗੇ ਇਹ ਵਿਉਂਤ ਮਾਨ ਵਡਿਆਈ ਦਾ ਅਫਾਰਾ ਛਾੜ ਕੇ ਚੰਗੇ ਚੰਗੇ ਸਾਧਕਾਂ ਨੂੰ ਡੇਗ ਦਿੰਦੀ ਹੈ ਫਿਰ ਦੁਰਾ ਦੇਈ ਪਰ ਜਦੋਂ ਨਿਜ ਨੂੰ ਹੰਕਾਰ ਨਾਲ ਅਫਾਰਾ ਛਾੜ ਲਓ ਤੇ ਉਹਨਾਂ ਨਾਲ ਨਫ਼ਰਤ ਵਰਤੋ अथवा ਉਹਨਾਂ ਨਾਲ ਨਿਰੀ ਤਾਮ ਪ੍ਰੀਤ ਪਾਲਾ ਉਤੇ ਫੋਕਾ ਭਾਈਚਾਰਾ ਬਣਾ ਲਓ ਤਦੋਂ ਤੁਸੀਂ ਆਤਮ ਹਾਨੀ ਉਠਾਓਗੇ ਇਹ ਵਿਉਂਤ ਮਾਨ ਵਡਿਆਈ ਦਾ ਅਫਾਰਾ ਛਾੜ ਕੇ ਚੰਗੇ ਚੰਗੇ ਸਾਧਕਾਂ ਨੂੰ ਢੇਗ ਦਿੰਦੀ ਹੈ ਸਿੱਖ ਗੁਰਮੁਖ ਨੂੰ ਚਾਹੀਦਾ ਹੈ ਕਿ ਸੰਸਾਰ ਵੱਲੋਂ ਵੀ ਤਿਆਗ ਹੋਵੇ ਤੇ ਵਾਹਿਗੁਰੂ ਜੀ ਵਿੱਚ ਪੂਰਨ ਰਾਗ ਵਿੱਚ ਹੋਵੇ ਤੇ ਜੋ ਕੁਛ ਕਰੇ ਸੋ ਹੁਕਮ ਵਿੱਚ ਕਰੇ ਹਾਂਜੀ ਸਿੱਖ ਗੁਰਮੁਖ ਨੂੰ ਚਾਹੀਦਾ ਹੈ ਕਿ ਸੰਸਾਰ ਵੱਲੋਂ ਵੀ ਤਿਆਗ ਹੋਵੇ ਤੇ ਵਾਹਿਗੁਰੂ ਜੀ ਵਿੱਚ ਪੂਰਨ ਰਾਗ ਵਿੱਚ ਹੋਵੇ ਤੇ ਜੋ ਕੁਛ ਕਰੇ ਸੋ ਹੁਕਮ ਵਿੱਚ ਕਰੇ ਹੁਕਮ ਹੈ ਪੌੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਾਂ ਸਾਈਂਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਮੰਨਿਏ ਹੋਵੇ ਪਰਵਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਵੇਂ ਪਾਵੇ ਸੋ ਕਰੇ ਮਨੁ ਚਿੰਦੇ ਆ ਸੋ ਫਲ ਪਾਏ ਸੀ ਤਾਂ ਦਰਗੇ ਪੈੰਦਾ ਜਾਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ